PT Guide ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਨਫਰਮ ਕਰਦਾ ਵੀ ਮੈਂ ਕੋਈ ਏਜੰਟ ਨਹੀਂ ਹੈਗਾ ਮੈਂ ਇੱਕ ਸਟੂਡੈਂਟ ਹਾਂ ਤੇ ਜਿਹੜੀ ਜਾਣਕਾਰੀ ਮੈਨੂੰ ਆਸ-ਪਾਸ ਤੋਂ ਮਿਲਦੀ ਹੈ ਮੈਂ ਉਹ ਤੁਹਾਡਾ ਨਾਲ ਸ਼ੇਅਰ ਕਰ ਦਿੰਦਾ ਇਸ ਲਈ ਜਦੋਂ ਵੀ ਮੈਂ ਕੋਈ ਜਾਣਕਾਰੀ ਦਿੰਦਾ ਉਹਨੂੰ ਇੱਕ ਵਾਰ ਕਨਫਰਮ ਜ਼ਰੂਰ ਕਰ ਲਿਆ ਕਰੋ ਚਾਹੇ ਮੈਥੋਂ ਕਰ ਲਿਆ ਕਰੋ ਪ੍ਰੂਫ ਲੈ ਕੇ ਜਿਹੜੇ ਬੱਚੇ ਆਪਣੇ ਵੀਜ਼ਾ ਦਾ ਵੇਟ ਕਰ ਰਹੇ ਨੇ ਉਹਨਾਂ ਲਈ ਇੱਕ ਗਰੁੱਪ ਹੈ ਟੈਲੀਗ੍ਰam ਗਰੁੱਪ ਹੈ PT Guide ਪੰਜਾਬੀ ਦੇ ਨਾਮ ਤੇ ਲਿੰਕ ਡਿਸਕ੍ਰਿਪਸ਼ਨ ਚ ਹੈ ਉਹਦੇ ਵਿੱਚ ਜਿਹੜੇ ਵੀਜ਼ੇ ਆਉਂਦੇ ਨੇ ਹਰ ਰੋਜ਼ ਬੱਚੇ ਉਹਦੇ ਵਿੱਚ ਅਪਡੇਟ ਕਰਦੇ ਰਹਿੰਦੇ ਨੇ ਤੇ ਮੈਂ ਵੀ ਜੇ ਕੋ ਮੈਨੂੰ ਵੀਜ਼ਾ ਦੇਖਦਾ ਤਾਂ ਮੈਂ ਉਹਦੇ ਵਿੱਚ ਪਾ ਦਿੰਨਾ ਇਹਦੇ ਨਾਲ ਬੱਚਿਆਂ ਦਾ ਹੌਸਲਾ ਵੱਧਦਾ ਵੀ ਹੋਰ ਵੀਜ਼ੇ ਬਹੁਤ ਆ ਰਹੇ ਨੇ ਤਾਂ ਗਰੁੱਪ ਜਰੂਰ ਜੁਆਨ ਕਰੋ ਤੇ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਉਹ ਤੇ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਪੀਟੀ ਗਾਇਡ ਪੰਜਾਬੀ ਦੇ ਨਾਮ ਤੇ ਚਲੋ ਅੱਜ ਦੀ ਵੀਡੀਓ ਦੀ ਗੱਲ ਕਰਦੇ ਆਪਾਂ ਹਾਂਜੀ ਹੁਣ ਗੱਲ ਕਰਦੇ ਆਂ ਵੀ ਮੇਨ ਰੀਜ਼ਨ ਕੀ ਹੈ ਵੀ ਯੂਨੀਵਰਸਿਟੀਆਂ ਐਨਾ ਟਾਈਮ ਕਿਉਂ ਲਾ ਰਹੀਆਂ ਨੇ ਆਫਰ ਲੈਟਰ ਤੇ ਜੀਟੀ ਤੇ ਸੀਓਈ ਤੇ ਵੀ ਟਾਈਮ ਕਿਉਂ ਲੱਗ ਰਿਹਾ ਹੈ ਇਹਦਾ ਮੇਨ ਰੀਜ਼ਨ ਹੈ ਉਹ ਹੈਗਾ ਐਮਬੈਸੀ ਦਾ ਪ੍ਰੈਸ਼ਰ ਹੈ ਯੂਨੀਵਰਸਿਟੀਆਂ ਤੇ ਉਹ ਪ੍ਰੈਸ਼ਰ ਕਿਉਂ ਹੈ ਜਿਹੜੇ ਲੈਵਲ 1 ਦੇ ਯੂਨੀਵਰਸਿਟੀਆਂ ਨੇ ਸਾਰੀਆਂ ਨਹੀਂ ਵਿੱਚੋਂ ਕੁਝ ਯੂਨੀਵਰਸਿਟੀਆਂ ਨੇ ਉਹ ਬਹੁਤ ਘੱਟ ਚੈਕਿੰਗ ਕਰਦੇ ਹੁੰਦੇ ਸੀ ਕਿ ਨਾ ਸਰਟੀਫਿਕੇਟ ਦੀ ਚੈਕਿੰਗ ਕਰਨੀ ਕਈ ਵਾਰ ਤਾਂ ਫੰਡਸ ਦੀ ਚੈਕਿੰਗ ਵੀ ਨਹੀਂ ਹੁੰਦੀ ਸੀ ਤੇ ਉਸ ਤੋਂ ਬਾਅਦ ਜਦੋਂ ਐਮਬੈਸੀ ਨੇ ਚੈਕਿੰਗ ਕੀਤੀ ਉਹਦੇ ਵਿੱਚ ਬਹੁਤ ਸਾਰੇ ਫੇਕ ਡਾਕੂਮੈਂਟਸ ਫੜੇ ਗਏ ਉਸ ਤੋਂ ਬਾਅਦ ਯੂਨੀਵਰਸਿਟੀਆਂ ਦੀ ਬੇਇੱਜ਼ਤੀ ਹੋਈ ਵੀ ਤੁਹਾਡੇ ਬੱਚੇ ਨੇ ਤੁਸੀਂ ਜੈਨੂਨ ਕਰਕੇ ਸਾਨੂੰ ਦਿੱਤੇ ਨੇ ਵੀ ਇਹ ਫੇਕ ਕਿਵੇਂ ਨਿਕਲ ਗਏ ਤਾਂ ਯੂਨੀਵਰਸਿਟੀ ਤੇ ਪ੍ਰੈਸ਼ਰ ਆ ਕਿਉਂਕਿ ਜਦੋਂ ਕਿਸੇ ਬੱਚੇ ਨੇ ਯੂਨੀਵਰਸਿਟੀ ਸੀਓਈ ਦੇ ਦਿੰਦੀ ਹੈ ਮਤਲਬ ਉਹਨੂੰ ਐਡਮਿਸ਼ਨ ਦੇ ਦਿੰਦੀ ਆ ਤਾਂ ਉਹ ਬੱਚਾ ਜ਼ਿੰਮੇਵਾਰੀ ਹੋ ਜਾਂਦਾ ਯੂਨੀਵਰਸਿਟੀ ਦੀ ਵੀ ਹਾਂਜੀ ਇਹ ਬੱਚਾ ਜੈਨੂਇਨ ਹੈ ਤੇ ਇਹਨੂੰ ਤੁਸੀਂ ਵੀਜ਼ਾ ਦਿਓ ਤੇ ਜੇ ਬੱਚੇ ਦੀ ਰਿਫਿਊਜ਼ਲ ਆਉਂਦੀ ਆ ਉਹਦੇ ਵਿੱਚ ਬੇਇਜ਼ਤੀ ਹੁੰਦੀ ਆ ਯੂਨੀਵਰਸਿਟੀ ਦੀ ਵੀ ਤੁਸੀਂ ਗਲਤ ਬੱਚਾ ਚੁਸ ਕੀਤਾ ਇਸ ਲਈ ਯੂਨੀਵਰਸਿਟੀ ਜਿਹੜੀ ਰੈਪਿਊਟੇਸ਼ਨ ਹੈ ਉਹ ਘਟ ਜਾਂਦੀ ਹੈ ਤੇ ਹੁਣ ਮੇਨ ਰੀਜ਼ਨ ਇਹੀ ਹੈ ਵੀ ਐਮਬੈਸੀ ਚੈਕਿੰਗ ਬਹੁਤ ਜ਼ਿਆਦਾ ਕਰ ਰਹੀ ਹੈ ਤੇ ਜੇ ਕਿਸੇ ਦਾ ਰਿਫਿਊਜ਼ਲ ਆਉਂਦਾ ਕਿਸੇ ਗਲਤ ਡਾਕੂਮੈਂਟ ਕਰਕੇ ਤਾਂ ਉਹਦੇ ਵਿੱਚ ਬੇਇਜ਼ਤੀ ਯੂਨੀਵਰਸਿਟੀ ਦੀ ਹੁੰਦੀ ਹੈ ਹੁਣ ਤੁਸੀਂ ਜਦੋਂ ਆਫਰ ਲੈਟਰ ਅਪਲਾਈ ਕਰਦੇ ਹੋ ਪਹਿਲਾਂ ਤਾਂ ਯੂਨੀਵਰਸਿਟੀ ਤੁਹਾਡੇ ਸਰਟੀਫਿਕੇਟਸ ਵੈਰੀਫਾਈ ਕਰੂਗੀ ਤੁਹਾਡਾ ਪਲੱਸ 2 ਦਾ ਡਿਗਰੀ ਦਾ ਵਰਕ ਐਕਸਪੀਰੀਅੰਸ ਜੋ ਵੀ ਹੈਗਾ ਤੁਹਾਡਾ ਹਰ ਇੱਕ ਚੀਜ਼ ਵੈਰੀਫਾਈ ਕਰਕੇ ਹੀ ਤੁਹਾਨੂੰ ਆਫਰ ਲੈਟਰ ਦਿੱਤਾ ਜਾਊਗਾ ਫਿਰ ਤੁਹਾਡੇ ਬੈਂਡਸ ਵੀ ਵੈਰੀਫਾਈ ਹੁੰਦੇ ਨੇ ਤੁਹਾਡਾ ਗੈਪ ਹੈ ਕੀ ਲਾਇਆ ਗਿਆ ਪਿੱਚ ਵਰਕ ਐਕਸਪੀਰੀਅੰਸ ਤਾਂ ਉਹ ਵੀ ਵੈਰੀਫਾਈ ਹੋਊਗਾ ਯੂਨੀਵਰਸਿਟੀ ਜੇ ਕਰਨ ਗਈਆਂ ਚੰਗੀ ਤਰ੍ਹਾਂ ਤੇ ਫੰਡਸ ਨੂੰ ਵੈਰੀਫਾਈ ਕੀਤਾ ਜਾਊਗਾ ਬੈਂਕ ਵਿੱਚ ਕੰਟੈਕਟ ਕਰਕੇ ਫੰਡਸ ਵੈਰੀਫਾਈ ਹੁੰਦੇ ਨੇ ਤੇ ਪੰਜਵੀਂ ਚੀਜ਼ ਹੈਗੀ ਐਸਓਪੀ ਜੇ ਉਹਨਾਂ ਨੂੰ ਲੱਗਿਆ ਵੀ ਐਸਓਪੀ ਤੁਹਾਡੀ ਸਹੀ ਨਹੀਂ ਹੈਗੀ ਤਾਂ ਉਹ ਤੁਹਾਡੇ ਬੀ ਆਜੀ ਚ ਘਾਟ ਹੈ ਵੀ ਇਹਨੂੰ ਚੰਗੀ ਤਰ੍ਹਾਂ ਦੁਬਾਰਾ ਲਿਖੋ ਇਸ ਦੀ ਜਦੋਂ ਐਸਓਪੀ ਲਿਖਵਾਉਣੀ ਆ ਤਾਂ ਕਿਸੇ ਵਧੀਆ ਜਾਣਕਾਰ ਬੰਦੇ ਤੋਂ ਹੀ ਲਿਖਵਾਓ ਆਪ ਵੀ ਚੈੱਕ ਕਰੋ ਵੀ ਐਸਓਪੀ ਵਿੱਚ ਲਿਖਿਆ ਕੀ ਹੋਇਆ ਤੇ ਜੇ ਕੋਈ ਥੋੜੀ ਬਹੁਤ ਘਾਟਵਾਦਾ ਤੁਸੀਂ ਆਪ ਵੀ ਦੱਸੋ ਜੇ ਤੁਸੀਂ ਲਿਖਵਾ ਰਹੇ ਹੋ ਤੇ ਜੇ ਤੁਸੀਂ ਆਪ ਲਿਖ ਰਹੇ ਹੋ ਤਾਂ ਆਪਣਾ ਧਿਆਨ ਨਾਲ ਲਿਖਿਓ ਕੋਈ ਘਾਟ ਨਾ ਰੱਖਿਓ ਵੀ ਉਹਨਾਂ ਨੂੰ ਇਹ ਨਾ ਲੱਗੇ ਵੀ ਬੱਚਾ ਜੈਨੂਇਨ ਨਹੀਂ ਹੈਗਾ ਤੇ ਬਹੁਤ ਸਾਰੇ ਯੂਨੀਵਰਸਿਟੀ ਇੰਟਰਵਿਊਜ਼ ਲੈਂਦੀਆਂ ਨੇ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਤੇ ਇਸ ਇੰਟਰਵਿਊ ਤਿਆਰੀ ਫੁੱਲ ਰੱਖਿਆ ਕਰੋ ਕੋਈ ਘਾਟ ਨਾ ਰੱਖੋ ਇੰਟਰੀ ਵਿੱਚ ਤੇ ਤੇ ਮੈਂ ਇੱਕ ਵੀਡੀਓ ਇੰਟਰਵਿਊ ਤੇ ਬਣਾਉਂਗਾ ਵੀ ਕਿਹੜੇ ਕਿਹੜੇ ਕੁਐਸਚਨ ਜਿਹੜੇ ਇੰਟਰਵਿਊ ਵਿੱਚ ਪੁੱਛੇ ਜਾਂਦੇ ਨੇ ਯੂਨੀਵਰਸਿਟੀ ਇੰਟਰਵਿਊ ਗੱਲ ਕਰਦਾ ਮੈਂ ਜੀਟੀ ਇੰਟਰਵਿਊ ਦੀ ਜੋ ਕਿ ਬਹੁਤ ਸਾਰੇ ਯੂਨੀਵਰਸਿਟੀ ਚ ਲੈਂਦੀਆਂ ਨੇ ਬੱਚਿਆਂ ਤੋਂ ਹੁਣ ਤੁਸੀਂ ਆਪ ਸਮਝੋ ਦੇਖੋ ਵੀ ਆ ਹੁਣ 6 ਚੀਜ਼ਾਂ ਨੇ ਇੱਕ ਬੱਚੇ ਜਦੋਂ ਇਹਨਾਂ ਟਾਈਮ ਲਾਉਗੀ ਯੂਨੀਵਰਸਿਟੀ ਤਾਂ ਟਾਈਮ ਤਾਂ ਲੱਗੂਗਾ ਹੀ ਜੇ ਇੱਕ ਤੇ ਲਾਰੀਆ ਤਾਂ ਤੁਸੀਂ ਆਪ ਸੋਚੋ ਵੀ ਕਿੰਨੇ ਬੱਚੇ ਨੂੰ ਐਡਮਿਸ਼ਨ ਦੇਣੀ ਆ ਉਹਨੇ 500 600 1000 1500 ਬੱਚਾ ਵੀ ਐਡਮਿਟ ਹੁੰਦਾਗਾ ਇੱਕ ਯੂਨੀਵਰਸਿਟੀ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ ਇੱਕ ਸਾਲ ਵਿੱਚ ਘੱਟੋ ਘੱਟ 10000 ਬੱਚਾ ਯੂਨੀਵਰਸਿਟੀ ਵਿੱਚ ਐਡਮਿਟ ਹੋ ਜਾਂਦਾ ਇੱਕ ਯੂਨੀਵਰਸਿਟੀ ਵਿੱਚ ਤੇ ਜੇ ਇੱਕ ਬੱਚੇ ਤੇ ਟਾਈਮ ਲਾਉਣਗੇ ਤਾਂ ਬਾਕੀ ਬੱਚਿਆਂ ਨੂੰ ਤਾਂ ਟਾਈਮ ਲੱਗਣੀ ਲੱਗਣਾ ਇਸ ਲਈ ਵੇਟ ਕਰੋ ਤੁਹਾਡਾ ਆਫਰ ਲੈਟਰ ਆਊਗਾ ਜੇ ਤੁਸੀਂ ਸਭ ਕੁਝ ਸਹੀ ਦਿੱਤਾ ਹੈ ਤੁਹਾਡੀ ਜੀਟੀਵੀ ਕਲੀਅਰ ਹੋਊਗੀ ਤੇ ਤੁਹਾਨੂੰ ਸੀਓਈ ਵੀ ਆਊਗੀ ਪੈਨਿਕ ਹੋਣ ਦੀ ਲੋੜ ਨਹੀਂ ਸਭ ਕੁਝ ਆਰਾਮ ਨਾਲ ਹੋਣਾ ਹੈ ਜੇ ਆਰਾਮ ਨਾਲ ਹੋ ਰਿਹਾ ਤਾਂ ਸਮਝ ਲਓ ਸਹੀ ਹੋ ਰਿਹਾ ਜੇ ਟਾਈਮ ਲੱਗ ਰਿਹਾ ਤੇ ਮੈਨੂੰ ਉਮੀਦ ਹੈ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਜਾਣਕਾਰੀ ਵਧੀਆ ਲੱਗੀ ਹੈ ਤੇ ਵੀਡੀਓ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਆਪਣਾ ਪੀਟੀ ਗਾਈਡ ਪੰਜਾਬੀ ਦਾ ਜਿਹੜਾ ਪੇਜ ਆ ਇੰਸਟਾਗ੍ਰam ਤੇ ਉਹ ਵੀ ਜਾ ਕੇ ਫੋਲੋ ਕਰੋ ਤੇ ਟੈਲੀਗ੍ਰam ਤੇ ਵੀ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ ਉਹਦੇ ਵਿੱਚ ਮੈਂ ਕੋਈ ਨਾ ਕੋਈ ਜਾਣਕਾਰੀ ਦਿੰਦਾ ਰਹਿੰਦਾ ਰਿਹਾ ਨਾ ਤੇ ਦੂਜੇ ਬੱਚੇ ਵੀ ਡਿਸਕਸ਼ਨ ਕਰਦੇ ਰਹਿੰਦੇ ਨੇ ਉਹਨਾਂ ਦੇ ਵੀਜ਼ਾ ਰਿਲੇਟਡ ਉਹਨਾਂ ਦੇ ਪੀਟੀ ਰਿਲੇਟਡ ਸਭ ਕੁਝ ਉਹ ਗਰੁੱਪ ਵਿੱਚ ਡਿਸਕਸ਼ਨ ਹੁੰਦਾ ਰਹਿੰਦਾ ਤੇ ਲਿੰਕਸ ਡਿਸਕ੍ਰਿਪਸ਼ਨ ਵਿੱਚ ਨੇ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ